ਇਹ ਬੇਹੱਦ ਦਰਦਨਾਕ ਤਸਵੀਰਾਂ ਬਟਾਲਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦੋ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਆਹਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ। ਅਤੇ ਇਸ ਦੇ ਵਿੱਚ ਇੱਕ ਬੇਹੱਦ ਦਰਦਨਾਕ ਖਬਰ ਇਹ ਹੈ ਕਿ ਇਸ ਮੋਟਰਸਾਈਕਲ ਦੀ ਟੱਕਰ ਦੇ ਵਿੱਚ 14 ਸਾਲਾ ਨਾਬਾਲਗ ਬੱਚੇ ਦੀ ਜਾਨ ਚਲੀ ਜਾਂਦੀ ਹੈ। ਜੀ ਹਾਂ, ਮਾਪਿਆਂ ਦਾ ਇਕੱਲਾ ਪੁੱਤਰ 14 ਸਾਲਾ ਸ਼ਹਿਬਾਜ਼ ਸਿੰਘ, ਜੋ ਕਿ ਪੈਟਰੋਲ ਪੰਪ 'ਤੇ ਪੈਟਰੋਲ ਭਰਵਾਉਣ ਜਾਂਦਾ ਹੈ ਅਤੇ ਜਦੋਂ ਵਾਪਸੀ ਕਰਦਾ ਤਾਂ ਰਸਤੇ ਦੇ ਵਿੱਚ ਬੁਲਟ ਵੱਲੋਂ ਟੱਕਰ ਮਾਰੀ ਜਾਂਦੀ ਹੈ। ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ ਬੁਲਟ, ਜੋ ਕਿ ਟੱਕਰ ਮਾਰ ਦਿੰਦਾ ਹੈ। ਅਤੇ ਉਸ ਤੋਂ ਬਾਅਦ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਮੋਟਰਸਾਈਕਲ ਦਾ ਇੰਜਨ ਤੱਕ ਫਟ ਗਿਆ। ਬੁਲਟ ਮੋਟਰਸਾਈਕਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੀ ਟੱਕਰ ਤੋਂ ਬਾਅਦ ਇੰਜਨ ਫਟ ਗਿਆ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਜੋ ਦੂਜਾ ਨੌਜਵਾਨ ਸੀ 14 ਸਾਲਾ ਸ਼ਹਿਬਾਜ਼ ਸਿੰਘ, ਉਸਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਦਰਦਨਾਕ ਸੀ, ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੰਜਨ ਫਟ ਕੇ ਬੁਲਟ ਮੋਟਰਸਾਈਕਲ ਥੋੜ ਹੀ ਖੜ ਗਿਆ। ਤੇ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਜਿਸ ਬੱਚੇ ਦੀ ਮੌਤ ਹੋਈ ਹੈ, ਅਜੇ ਨਾਬਾਲਗ ਸੀ, 14 ਸਾਲਾ ਬੱਚਾ ਸੀ। ਕਿਤੇ ਨਾ ਕਿਤੇ ਵੱਡਾ ਇਹ ਸਵਾਲ ਇੱਥੇ ਖੜਾ ਹੁੰਦਾ ਕਿ ਇਸ ਨਾਬਾਲਗ ਬੱਚੇ ਨੂੰ ਇਸ ਤਰੀਕੇ ਦੇ ਨਾਲ ਵਾਹਨ ਦੇਣਾ ਕਿਤੇ ਕੋਈ ਵੱਡੀ ਸਮਝਦਾਰੀ ਵਾਲੀ ਗੱਲ ਨਹੀਂ ਹੈ, ਕਿਉਂਕਿ 14 ਸਾਲਾ ਬੱਚੇ ਦੀ ਜੇਕਰ ਗੱਲ ਕਰੀਏ ਤਾਂ ਆਪਣੀ ਸੂਰਤ ਅਜੇ ਉਹ ਮਸਾ ਹੀ ਸੰਭਾਲਦਾ ਹੁੰਦਾ, ਤਾਂ ਇਸ ਤਰੀਕੇ ਦੇ ਨਾਲ ਉਹਨੂੰ ਸੜਕਾਂ 'ਤੇ ਤੇਜ਼ ਰਫਤਾਰ ਦੇ ਵਿੱਚ ਭੇਜ ਦੇਣਾ ਕੋਈ ਵੱਡੀ ਸਮਝਦਾਰੀ ਨਹੀਂ ਹੁੰਦੀ ਹੈ। ਅਤੇ ਇਸ ਦਾ ਨਤੀਜਾ, ਬੇਸਮਝੀ ਦਾ ਨਤੀਜਾ ਤੁਸੀਂ ਦੇਖ ਹੀ ਰਹੇ ਹੋ, ਇਸ ਬੱਚੇ ਦੀ ਮੌਤ ਹੋ ਗਈ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਬੇਹੱਦ ਮਾਸੂਮੀਅਤ ਭਰੀਆਂ ਇਹ ਤਸਵੀਰਾਂ ਨੇ ਇਸ ਬੱਚੇ ਦੀਆਂ। ਮਾਪਿਆਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ, ਪਰ ਅਸੀਂ ਵੀ ਗੁਜ਼ਾਰਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਮੋਟਰਸਾਈਕਲ ਨਾ ਦਿੱਤਾ ਜਾਵੇ। ਸੜਕਾਂ 'ਤੇ ਆਵਾਜਾਈ ਕਾਫੀ ਤੇਜ਼ ਚੱਲ ਰਹੀ ਹੈ, ਇਸ ਸਮੇਂ ਕਾਫੀਆਂ ਗੱਡੀਆਂ ਜੋ ਤੇਜ਼ ਰਫਤਾਰ ਦੇ ਵਿੱਚ ਲੰਘ ਰਹੀਆਂ ਨੇ, ਅਜੇ ਬੱਚੇ ਆਪਣੀ ਸੁਰਤ ਨਹੀਂ ਸੰਭਾਲਦੇ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ, ਫਿਰ ਸਾਰੀ ਉਮਰ ਮਾਪਿਆਂ ਨੂੰ ਰੋਣਾ ਭੁਗਤਣਾ ਪੈਂਦਾ ਹੈ। ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੀ, ਜਿੱਥੇ CCTV ਦੇ ਵਿੱਚ ਇਹ ਹਾਦਸਾ ਕੈਦ ਹੋਇਆ। ਇਸ ਹਾਦਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ, ਜਿਸ ਦੇ ਵਿੱਚ ਟੱਕਰ ਹੋਣ ਤੋਂ ਬਾਅਦ ਬੁਲਟ ਦਾ ਸਿਲੰਡਰ ਤੱਕ ਫਟ ਜਾਂਦਾ। ਉਸ ਬੱਚੇ ਦਾ ਕੀ ਹਾਲ ਹੋਇਆ ਹੋਵੇਗਾ, ਮਾਸੂਮ ਬੱਚਾ ਜੋ ਹਜੇ 14 ਸਾਲ ਦੀ ਉਮਰ ਦੇ ਵਿੱਚ ਹੀ ਸੀ, ਪੈਟਰੋਲ ਭਰਵਾ ਕੇ ਆਪਣੇ ਘਰ ਨੂੰ ਮੁੜਦਾ ਹੈ, ਪਰ ਘਰੇ ਨਹੀਂ ਮੁੜਦਾ ਕਿਉਂਕਿ ਰਸਤੇ ਦੇ ਵਿੱਚ ਹੀ ਉਸਦੀ ਤੇਜ਼ ਰਫਤਾਰ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਟੱਕਰ ਹੋਣ ਕਾਰਨ ਉਸਦੀ ਜ਼ਿੰਦਗੀ ਥੋੜ੍ਹੀ ਖਤਮ ਹੋ ਜਾਂਦੀ ਹੈ। ਤਸਵੀਰਾਂ ਤੁਹਾਨੂੰ ਬਟਾਲਾ ਤੋਂ ਸਾਂਝੀਆਂ ਕਰ ਰਹੇ ਨੇ। ਹੋਰ ਮੌਕੇ 'ਤੇ ਲੋਕ ਜੋ ਖੜ੍ਹੇ ਨਜ਼ਰ ਆ ਰਹੇ ਨੇ, ਉਹਨਾਂ ਦਾ ਕੀ ਬਿਆਨ ਹੈ ਇਸ ਹਾਦਸੇ 'ਤੇ, ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਮੈਂ ਵੀ ਸ਼ਹਿਰੋਂ ਆ ਰਿਹਾ ਸੀ, ਮੇਰਾ ਸਕੂਟੀ ਇੱਧਰ ਨੂੰ ਮੁੜੀ ਆ, ਇਹ ਮੇਰੇ ਪਿੱਛੇ ਆ ਰਿਹਾ ਹੈ, ਬਹੁਤ ਓਵਰ ਸਪੀਡ ਆ ਰਿਹਾ ਸੀ, ਔਰ ਇਹਦਾ ਮੋਟਰਸਾਈਕਲ ਇਹਦੇ ਕੋਲ ਕੰਟਰੋਲ ਨਹੀਂ ਆਇਆ, ਨੇ ਸਿੱਧੇ ਮੋਟਰਸਾਈਕਲ ਦੇ ਵਿੱਚ ਠੋਕ ਦਿੱਤਾ। ਠੀਕ ਹੈ, ਉਹ ਮੁੰਡੇ ਇੱਧਰੋਂ ਜਾ ਰਹੇ, ਮੁੰਡਾ ਇਹਦੋਂ ਸ਼ਹਿਬਾਜ਼ ਸਿੰਘ, ਸਭ ਤੋਂ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬੱਸਿਆਂ ਨੇ, ਬੁਲਟ ਦਾ ਮਾਰ, ਉੱਥੋਂ ਵੱਜਿਆ ਇੱਥੇ ਆਣ ਕੇ ਡਿੱਗਾ, ਜਿੱਥੇ ਬੁਲਟ ਖੜਾ ਇੱਥੇ ਡਿੱਗਾ, ਕਾਫੀ ਜ਼ਬਰਦਸਤ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ, ਉਹ ਮੁੰਡਾ ਤਾਂ ਬੋਲਿਆ ਨਹੀਂ, ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਵੱਜ ਗਈਆਂ, ਛੇਤੀ ਅਸੀਂ 15 ਕੁ ਮਿੰਟਾਂ 'ਚ ਇਹਨੂੰ ਵੀ ਪਾ ਕੇ ਗੱਡੀ 'ਚ ਗੱਡੀ ਦੂਜੇ ਨੂੰ ਭੇਜਤਾ ਬਟਾਲੇ ਸਿਵਲ ਹਸਪਤਾਲ। ਬਹੁਤ ਮਾੜੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ, ਸਭ ਤੋਂ ਦੇਖ ਸਾਥ ਦੱਸ, ਸਾਨੂੰ ਹੁਣੇ ਪਤਾ ਲੱਗਾ ਸੀ, ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਪੈਟਰੋਲ ਪੰਪ ਲੱਗੇ, ਅਸੀਂ ਹੁਣੇ ਮੌਕੇ 'ਤੇ ਆਏ ਹਾਂ। ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਵੱਲੋਂ ਆ ਰਿਹਾ ਸੀਗਾ, ਅਤੇ ਇੱਕ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਨਿਕਲਿਆ, ਜਿਹੜੇ ਆਪਸ ਵਿੱਚ ਐਕਸੀਡੈਂਟ ਹੋਇਆ। ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ, ਇੱਕ ਤਾਂ ਸ਼ਹਿਬਾਜ਼ ਸਿੰਘ ਜੀ ਦੀ ਡੈਥ ਹੋ ਗਈ, ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ, ਅਤੇ ਦੂਜਾ ਵੀ ਇੰਨੇ ਕੁ 19-20 ਸਾਲ ਦਾ ਦੱਸ ਰਹੇ ਨੇ। ਬਾਕੀ ਸਾਰੀ ਤਫਤੀਸ਼ ਚੱਲਣ ਡਈ ਆ,
ਜਿਹੜੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਲ ਵਿੱਚ ਲਿਆ ਰਹੇ ਹਾਂ। ਸਮਝਾਲੀ ਕਿਹਦੀ ਸਮਝਦੇ ਹੋ, ਮਾਪਿਆਂ ਦੀ ਕਿ ਛੋਟੀ ਉਮਰ 'ਚ ਬੱਚਿਆਂ ਨੂੰ ਮੋਟਰਸਾਈਕਲ ਖਾ ਦਿੰਦੇ ਆ ਅਤੇ ਇਸ ਤਰੀਕੇ ਦੀਆਂ ਘਟਨਾਵਾਂ? ਦੇਖੋ ਜੀ, ਇਹ ਤਾਂ ਬੱਚੇ ਅੱਜ ਕੱਲ੍ਹ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ, ਮਾਪੇ ਵੀ ਆ, ਕਿਉਂਕਿ ਜਿਸ ਜੇ ਆਪਾਂ ਨਾ ਦਈਏ ਤਾਂ ਬੱਚਿਆਂ ਨਾਲ ਆਪਾਂ ਸਾਰੀ ਉਮਰ ਬੱਝ ਕੇ ਨਹੀਂ ਰਹਿ ਸਕਦੇ। ਕੀ ਕਾਰਵਾਈ? ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ 'ਤੇ ਵੇਖ ਲਿਆ, ਸਭ ਕਰ ਲਿਆ, ਹੁਣ ਹੋਸਪਿਟਲ ਚੱਲੇ ਹਾਂ ਜੀ, ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ।